ਹਰ ਕਹਾਣੀ 'ਚ ਇੱਕ ਨਾਇਕ ਹੁੰਦਾ ਹੈ ਅਤੇ ਇੱਕ ਖਲਨਾਇਕ। ਪਰ ਮੇਰੀ ਕਹਾਣੀ ਥੋੜ੍ਹੀ ਵੱਖਰੀ ਆ। ਇਹਦਾ ਨਾਇਕ ਵੀ ਮੈਂ ਹਾਂ ਅਤੇ ਖਲਨਾਇਕ ਵੀ। ਜਨਮ ਤਾਂ ਮੇਰਾ ਨਸ਼ੇ ਦੀ ਦੁਨੀਆ 'ਚ ਹੀ ਹੋਇਆ ਸੀ, ਪਰ ਇਸ ਦੁਨੀਆ ਨਾਲ ਮੇਰੀ ਪੱਕੀ ਆੜੀ ਕਾਲਜ ਦੇ ਯਾਰਾਂ ਨੇ ਪਵਾਈ। ਨਸ਼ੇੜੀ ਦੋਸਤ ਇਹ ਤਾਂ ਵਿਚਾਰੇ ਵੈਸ਼ਨੂ ਨੇ, ਪਾਣੀ ਵੀ ਪੁਣ ਪੁਣ ਪੀਂਦੇ ਆ। ਆ ਸ਼ੀਸ਼ੀ ਖੋਲੀ ਯਾਰ, ਖੰਘ ਦੀ ਦਵਾਈ ਆ, ਬਿਮਾਰ ਆ ਵਿਚਾਰਾ ਇਹ। ਲੜਦਾ ਨੀ ਨਾ, ਇਹਦਾ ਮਤਲਬ ਇਹ ਨਹੀਂ ਕਿ ਡਰਪੋਕ ਆ। ਇਸ ਦੁਨੀਆ ਵਿੱਚ ਯਾਰ ਵੀ ਪੱਕੇ ਮਿਲਦੇ ਆ ਤੇ ਦੁਸ਼ਮਣ। ਇਹਦੀ ਤਾਂ ਕੋਈ ਐਸੀ ਕੁੰਡੀ ਲੱਭਣੀ ਪੈਣੀ ਆ ਜਿਹੜੀ ਇਹਨੂੰ ਮਜਬੂਰ ਕਰ ਦੇਵੇ ਮੇਰੇ ਮੂਰੇ ਹੱਥ ਬੰਨ। ਪਰ ਇਹਨਾਂ ਦੁਸ਼ਮਣਾਂ ਦੀ ਦੁਸ਼ਮਣੀ ਕਿਸੇ ਆਮ ਖਾਸ ਨਾਲ ਨਹੀਂ, ਡਾਕੂਆਂ ਦੇ ਮੁੰਡੇ ਨਾਲ ਸੀ। ਲੈ ਬਾਪੂ ਦਵਾਈ ਲੈ। ਦਵਾਈਆਂ ਨਾਲ ਕੁਛ ਨਹੀਂ ਬਣਨਾ, ਮੈਨੂੰ ਤਾਂ ਨਸ਼ਾ ਲਿਆ ਦੇ ਪੁੱਤ। ਤੇਰੀ ਮਾਂ ਕਿਸੇ ਦੇ ਘਰ ਦਾਲ ਦੀ ਕੌਲੀ ਨਹੀਂ ਮੰਗਣ ਗਈ ਤੇ ਤੂੰ ਮੈਨੂੰ ਨਸ਼ੇ ਵਿਕਣ ਲਾਤਾ, ਕਿਉਂ ਘਰ ਨੂੰ ਪੱਟਣ ਲੱਗਿਆ? ਹਮ ਮਾਂ ਬਚੀ ਹੈ, ਫਿਰ ਵੀ ਵੇਚ ਕੇ ਖਾ ਜੀ। ਆਖਰੀ ਵਾਰ ਪੁੱਛ ਰਹੇ, ਚੱਲ ਠੀਕ ਨਹੀਂ। ਤੂੰ ਮੈਨੂੰ ਮਾਰ ਹੀ ਗਈ, ਤੇਰੇ ਨਾਲ ਰਹਿ ਕੇ ਰੋਜ਼ ਰੋਜ਼ ਮਰਨ ਨਾਲੋਂ ਇੱਕੋ ਵਾਰੀ ਮਰਨਾ ਚੰਗਾ। ਬਣ ਗਿਆ ਨਾ ਉਹੀ ਡਾਕੂਆਂ ਦਾ ਮੁੰਡਾ।